ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਾਡੀ ਅੱਜ ਦੀ ਕਹਾਣੀ ਦਾ ਨਾਮ ਹੈ ਡਰਪੋਕ ਖਰਗੋਸ਼। ਇੱਕ ਖਰਗੋਸ਼ ਸੀ, ਉਹ ਦਰਖਤ ਦੇ ਹੇਠਾਂ ਘਾਹ ਖਾ ਰਿਹਾ ਸੀ। ਅਚਾਨਕ ਉਸਦੀ ਪਿੱਠ 'ਤੇ ਇੱਕ ਪੱਤਾ ਡਿੱਗਿਆ। ਖਰਗੋਸ਼ ਸਹਿਮ ਗਿਆ। ਦੂਸਰਾ ਪੱਤਾ ਡਿੱਗਿਆ ਤਾਂ ਉਹ ਘਬਰਾ ਗਿਆ। ਉਸਨੂੰ ਲੱਗਾ ਅਸਮਾਨ ਡਿੱਗ ਰਿਹਾ ਹੈ। ਅਸਮਾਨ ਡਿੱਗਿਆ, ਦੌੜੋ ਦੌੜੋ ਦੌੜੋ, ਚਲੋ ਚਲੋ ਰਾਜੇ ਨੂੰ ਦੱਸਣ ਚੱਲੀਏ, ਚੀਕਦੇ ਹੋਏ ਖਰਗੋਸ਼ ਦੌੜਨ ਲੱਗਿਆ। ਰਸਤੇ ਵਿੱਚ ਹਿਰਨ ਬੈਠਾ ਹੋਇਆ ਸੀ। ਖਰਗੋਸ਼ ਹਿਰਨ ਨੂੰ ਕਹਿਣ ਲੱਗਾ, ਓਏ ਆਲਸ ਛੱਡੋ, ਚਲੋ ਦੌੜੋ, ਅਸਮਾਨ ਡਿੱਗਿਆ। ਅਸਮਾਨ ਡਿੱਗਿਆ, ਦੌੜੋ ਦੌੜੋ ਦੌੜੋ, ਚਲੋ ਚਲੋ ਰਾਜੇ ਨੂੰ ਦੱਸਣ ਚੱਲੋ, ਚੀਕਦੇ ਹੋਏ ਖਰਗੋਸ਼ ਦੌੜਨ ਲੱਗਿਆ। ਖਰਗੋਸ਼ ਦੌੜਨ ਲੱਗਿਆ ਤਾਂ ਹਿਰਨ ਨੇ ਵੀ ਦੌੜਨਾ ਸ਼ੁਰੂ ਕਰ ਦਿੱਤਾ। ਇੱਕ ਬਾਂਦਰ ਦਰਖਤ ਦੇ ਮਜ਼ੇ ਨਾਲ ਝੂਲ ਰਿਹਾ ਸੀ। ਹਿਰਨ ਅਤੇ ਖਰਗੋਸ਼ ਨੇ ਬਾਂਦਰ ਨੂੰ ਕਿਹਾ, ਓਏ ਇਸ ਤਰ੍ਹਾਂ ਕਿਉਂ ਝੂਲ ਰਹੇ ਹੋ? ਅਸਮਾਨ ਡਿੱਗਿਆ, ਜਲਦੀ ਚਲੋ। ਅਸਮਾਨ ਡਿੱਗਿਆ, ਦੌੜੋ ਦੌੜੋ ਦੌੜੋ, ਚਲੋ ਚਲੋ ਰਾਜੇ ਨੂੰ ਦੱਸਣ ਚਲੋ, ਚੀਕਦੇ ਹੋਏ ਖਰਗੋਸ਼ ਦੌੜਨ ਲੱਗਿਆ। ਖਰਗੋਸ਼ ਦੌੜਨ ਲੱਗਿਆ ਤਾਂ ਹਿਰਨ ਨੇ ਵੀ ਦੌੜਨਾ ਸ਼ੁਰੂ ਕਰ ਦਿੱਤਾ। ਹਿਰਨ ਦੌੜਨ ਲੱਗਿਆ ਤਾਂ ਬਾਂਦਰ ਨੇ ਵੀ ਦੌੜਨਾ ਸ਼ੁਰੂ ਕਰ ਦਿੱਤਾ। ਤਿੰਨੇ ਰਾਜੇ ਦੇ ਕੋਲ ਪਹੁੰਚੇ ਅਤੇ ਬੋਲੇ, ਮਹਾਰਾਜ, ਖਰਗੋਸ਼ ਦੀ ਪਿੱਠ 'ਤੇ ਅਸਮਾਨ ਡਿੱਗਿਆ। ਜੰਗਲ ਵਿੱਚ ਬਹੁਤ ਵੱਡਾ ਸੰਕਟ ਆਇਆ ਹੋਇਆ ਹੈ। ਰਾਜਾ ਜ਼ੋਰ ਨਾਲ ਹੱਸਣ ਲੱਗਾ। ਉਸਨੇ ਕਿਹਾ, ਅਸਮਾਨ ਕਿੱਥੇ ਡਿੱਗਿਆ ਹੈ? ਉੱਪਰ ਦੇਖੋ, ਅਸਮਾਨ ਆਪਣੀ ਜਗ੍ਹਾ 'ਤੇ ਹੀ ਹੈ। ਪਿੱਠ 'ਤੇ ਛੋਟਾ ਜਿਹਾ ਪੱਤਾ ਡਿੱਗਿਆ ਤਾਂ ਤੁਹਾਨੂੰ ਲੱਗਿਆ ਅਸਮਾਨ ਡਿੱਗਿਆ ਹੋਇਆ ਹੈ? ਸਾਰੇ ਹੱਸਣ ਲੱਗੇ। ਇਹ ਦੇਖ ਕੇ ਖਰਗੋਸ਼ ਮੂੰਹ ਛੁਪਾ ਕੇ ਭੱਜ ਗਿਆ। ਪਿਆਰੇ ਬੱਚਿਓ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ? ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੀ ਕਹਾਣੀ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਕਹਾਣੀ ਸੁਣ ਕੇ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ। ਧੰਨਵਾਦ।